ਹੈਲੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਿੱਧੂ ਬੁਟੀਕ ਪਟਿਆਲੇ 'ਚ। ਤੁਹਾਡੇ ਲਈ ਲੈ ਕੇ ਆਏ ਹਾਂ ਲੇਟੈਸਟ ਵੀਡੀਓ, ਜਿਹਦੇ ਵਿੱਚ ਤੁਹਾਨੂੰ ਅਸੀਂ ਆਪਣੇ ਸੂਟ ਦਿਖਾਉਣ ਜਾ ਰਹੇ ਹਾਂ। ਜਿਨ੍ਹਾਂ ਦੀ ਸਟਿਚਿੰਗ ਕੀਤੀ ਹੋਈ ਹੈ ਉਹਦੇ ਬਾਰੇ ਦੱਸਾਂਗੇ, ਹੋਰ ਵੀ ਜੋ ਵੀ ਇਹਦਾ ਫੈਬਰਿਕ ਡਿਟੇਲਸ ਉਹ ਮੈਨਸ਼ਨ ਕਰਾਂਗੇ। ਸਭ ਤੋਂ ਪਹਿਲਾਂ ਵੀਡੀਓ ਨੂੰ ਦੇਖਣ ਤੋਂ ਤੁਸੀਂ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਡੇਲੀ ਦੀ ਅਪਡੇਟਸ ਮਿਲਦੀਆਂ ਰਹਿਣ। ਇੰਸਟਾਗ੍ਰਾਮ 'ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਜਿੱਥੇ ਤੁਹਾਨੂੰ ਡੇਲੀ ਦੀ ਅਪਡੇਟਸ, ਜੋ ਵੀ ਆਪਾਂ ਸੂਟ ਦੀ ਪਿਕਚਰਸ ਪਾਉਂਦੇ ਹਾਂ, ਵਿਦ ਡਿਟੇਲਸ, ਫੈਬਰਿਕ, ਜੋ ਵੀ ਆਪਣਾ ਨਿਊ ਸਟਾਕ ਹੁੰਦਾ, ਡੇਲੀ ਅਪਡੇਟ ਹੁੰਦਾ। ਵਟਸਐਪ 'ਤੇ ਤੁਸੀਂ ਮੈਸੇਜ ਕਰਕੇ ਇਨਕੁਆਇਰੀਸ ਲੈ ਸਕਦੇ ਹੋ, ਆਰਡਰ ਦੇ ਸਕਦੇ ਹੋ, ਕੋਈ ਵੀ ਸਵਾਲ ਜਵਾਬ ਹੈ ਤੁਸੀਂ ਉਹ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਵੀਡੀਓ ਨੂੰ ਸਟਾਰਟ ਕਰਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਹਮਣੇ ਜਿਹੜਾ ਸੂਟ ਹੈ, ਇਹ ਸੂਟ ਸ਼ਿਮਰ ਦਾ ਸੂਟ, ਪਲੇਨ ਸੂਟ ਆਏਗਾ, 5 ਮੀਟਰ, ਜਿਹਦਾ ਪ੍ਰਾਈਜ਼ ਰਹੇਗਾ 1100। ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ। ਜੋ ਵੀ ਮੈਂ ਪ੍ਰਾਈਜ਼ ਮੈਨਸ਼ਨ ਕਰ ਰਹੀ ਹਾਂ ਉਹ ਪ੍ਰਾਈਜ਼ ਜਸਟ ਅਨਸਟਿਚ ਸੂਟ ਦੇ ਹੋਣਗੇ, ਠੀਕ ਹੈ ਜੀ। ਸੂਟ ਇਕੱਲੇ ਦਾ ਜਿਹੜਾ ਪਿਓਰ ਸ਼ਿਮਰ ਦਾ ਫੈਬਰਿਕ ਹੈ, 1100 ਦਾ, 5 ਮੀਟਰ ਆਏਗਾ। ਜੋ ਆਪਾਂ ਦੁਪੱਟਾ ਸਟਿਚਿੰਗ ਹੈ ਸਾਰੇ ਅਲੱਗ ਤੋਂ ਹੋਣਗੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਪਰਪਲ ਅਤੇ ਬਲੂ ਸ਼ੇਡ ਦੇ ਵਿੱਚ ਮਿਕਸ ਦੇ ਵਿੱਚ ਹੈ, ਇਹਦੇ 2 ਕਲਰਸ ਆ ਰਹੇ ਨੇ। ਆਪਾਂ ਇਹਨੂੰ ਹਾਈਲਾਈਟ ਕੀਤਾ ਹੋਇਆ, ਕਸਟਮਰ ਨੇ ਜਿਵੇਂ ਦੀ ਡਿਮਾਂਡ ਕੀਤੀ ਸੀ ਕਿ ਉਹਨਾਂ ਨੂੰ ਇੱਦਾਂ ਦੀ ਲੈਸ ਚਾਹੀਦੀ ਹੈ, ਨੈਕ 'ਤੇ ਲੈਸ ਲਗਾਈ ਹੈ, ਸੇਮ ਇਹੀ ਲੈਸ ਲਗਾਈ ਹੈ। ਇਹਦੇ ਨਾਲ ਸਿੰਪਲ ਸੋਬਰ ਜੀ ਸੂਟ ਦੀ ਬਹੁਤ ਵਧੀਆ ਲੁੱਕ ਆ ਰਹੀ ਹੈ, ਤੁਸੀਂ ਇਹਨੂੰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ। ਸੇਮ ਲੈਸ ਆਪਾਂ ਜਿਹੜੀ ਇਹਦੀ ਸਾਈਡਸ 'ਤੇ ਵੀ ਲਗਾਈ ਹੈ, ਦੋਨੋਂ ਸਾਈਡਸ 'ਤੇ, ਅਤੇ ਬੋਟਮ 'ਤੇ ਵੀ ਇਹੀ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ। ਜਿਵੇਂ ਮਰਜ਼ੀ ਤੁਸੀਂ ਇਹ 'ਤੇ ਡਿਜ਼ਾਇਨਿੰਗ, ਹੈਂਡ ਵਰਕ, ਐਮਬਰਾਇਡਰੀ ਵਰਕ, ਆਪਣੀ ਚੋਇਸ ਨਾਲ ਕੋਈ ਵੀ ਵਰਕ ਕਰਵਾ ਸਕਦੇ ਹੋ। ਦੁਪੱਟਾ ਜਿਹੜਾ ਇਹਦੇ ਨਾਲ ਅਲੱਗ ਤੋਂ ਰੈਡੀ ਕੀਤਾ ਹੈ, ਜਿਵੇਂ ਕਿ ਕਸਟਮਰ ਨੂੰ ਜਿਸ ਸ਼ੇਡ ਦਾ ਦੁਪੱਟਾ ਚਾਹੀਦਾ ਸੀ ਉਹ 'ਤੇ ਲੈਸ ਲਗਾ ਕੇ ਇਹਦੀ ਆਪਾਂ ਫਿਨਿਸ਼ਿੰਗ ਕੀਤੀ ਹੈ। ਤੁਹਾਡੇ ਕੋਲ ਅਗਰ ਕੋਈ ਹੈਵੀ ਦੁਪੱਟਾ ਹੈ ਤਾਂ ਤੁਸੀਂ ਪਲੇਨ ਸੂਟ ਦਾ ਉਹਦੇ ਨਾਲ ਕੰਟਰਾਸਟ ਕਰ ਸਕਦੇ ਹੋ, ਜਾਂ ਆਪਣੇ ਅਕੋਰਡਿੰਗ ਤੁਸੀਂ ਰੈਡੀ ਕਰਵਾ ਸਕਦੇ ਹੋ। ਪ੍ਰਾਈਸ ਰਹੇਗਾ ਜੀ ਅਨਸਟਿਚ ਸੂਟ ਦਾ 1199। ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ। ਕਲਰਡ ਇਹਦੇ ਵਿੱਚ ਤੁਹਾਨੂੰ ਜਿਹੜੇ ਸ਼ਿਮਰ ਦੇ ਵਿੱਚ ਕਲਰ ਮਿਲ ਜਾਣਗੇ, 8 ਤੋਂ 9 ਕਲਰ ਆਪਣੇ ਕੋਲ ਅਵੇਲੇਬਲ ਹੈ, ਤੁਸੀਂ ਆਰਡਰ ਕਰ ਸਕਦੇ ਹੋ। ਨੈਕਸਟ ਚੱਲਦੇ ਹਾਂ ਜੀ ਆਪਣੇ ਅਗਲੇ ਸੂਟ ਵੱਲ। ਜੋ ਅਗਲਾ ਆਪਣਾ ਸੂਟ ਆ ਰਿਹਾ ਉਹ ਜੋਰਜਟ 'ਤੇ ਰੈਡੀ ਹੋਇਆ ਹੋਇਆ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਕਸਟਮਰ ਦੇ ਅਕੋਰਡਿੰਗ ਸੂਟਸ ਦੀ ਲੈਂਥ ਥੋੜ੍ਹੀ ਜ਼ਿਆਦਾ ਰੱਖੀ ਹੋਈ ਹੈ, ਕਿਉਂਕਿ ਉਹਨਾਂ ਨੂੰ ਲੈਂਥ ਜ਼ਿਆਦਾ ਚਾਹੀਦੀ ਸੀ। ਇਹ ਸੂਟ ਜੋਰਜਟ 'ਤੇ ਆਏਗਾ ਆਪਣੇ ਕੋਲ, 5 ਮੀਟਰ ਫੁੱਲ ਜੋਰਜਟ ਦਾ ਸੂਟ ਹੈ, ਪ੍ਰਿੰਟ ਬਹੁਤ ਸੋਹਣੇ ਨੇ। ਤੁਸੀਂ ਦੇਖੇ ਹੋਣੇ ਆ ਕਿ ਜੋਰਜਟ ਦੇ ਸੂਟ ਕਾਫੀ ਜ਼ਿਆਦਾ ਚੱਲਦੇ ਆ, ਤਾਂ ਇੱਕ ਇਹਨਾਂ ਦਾ ਇਹ ਰੀਜ਼ਨ ਹੁੰਦਾ, ਪ੍ਰਾਈਜ਼ ਵੀ ਇਹਨਾਂ ਦਾ ਰੀਜ਼ਨੇਬਲ ਹੁੰਦਾ, ਦੂਸਰਾ ਇਹ ਜਿਹੜੇ ਸੂਟਸ ਹੁੰਦੇ ਨੇ ਮੀਨਸ ਵਧੀਆ ਲੱਗਦੇ ਨੇ, ਜਦੋਂ ਤੁਸੀਂ ਇਹਨੂੰ ਵੀਅਰ ਕਰਦੇ ਹੋ ਤਾਂ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ। ਇਹਦੇ ਵਿੱਚ ਪਿਸਤਾ ਸ਼ੇਡ ਦੇ ਵਿੱਚ ਮਹਿਰੂਨ ਫਲਾਰ ਬਣੇ ਨੇ, ਆਪਾਂ ਵੀ ਉਹਨੂੰ ਕਾਟਨ ਦੀ ਜਿਹੜੀ ਮਹਿਰੂਨ ਲੈਸ ਲਗਾ ਕੇ ਹਾਈਲਾਈਟ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਇਹ ਸੂਟ ਵੀਅਰ ਕਰਦੇ ਹੋ ਨਾ, ਸਟੱਫ ਕੰਫਰਟੇਬਲ ਵੀ ਹੁੰਦਾ, ਵਧੀਆ ਵੀ ਲੱਗਦਾ। 5 ਮੀਟਰ ਸੂਟ ਆਏਗਾ ਜੀ ਆਪਣੇ ਕੋਲ ਅਨਸਟਿਚ, ਅਤੇ ਇਹਦੇ ਵਿੱਚ ਜਿਹੜਾ ਇਹਦਾ ਪ੍ਰਾਈਜ਼ ਰਹੇਗਾ 850 ਰਹੇਗਾ। ਦੁਪੱਟਾ ਵੀ ਤੁਸੀਂ ਇਹਦਾ ਚੈੱਕ ਕਰ ਸਕਦੇ ਹੋ, ਡਿਜ਼ਾਈਨਰ ਐਮਬਰਾਇਡਰ ਦੁਪੱਟਾ ਆ, 2 ਸਾਈਡਸ 'ਤੇ ਇਹਦੇ ਹੈਵੀ ਐਮਬਰਾਇਡਰੀ ਆਏਗੀ, ਮਿਰਰ ਲੱਗੇ ਹੋਏ ਆ ਇਹਦੇ ਵਿੱਚ। ਕਲਰਸ ਇਹਦੇ ਵਿੱਚ ਤੁਹਾਨੂੰ 20 ਤੋਂ 25 ਮਿਲ ਜਾਣਗੇ। ਇੰਸਟਾਗ੍ਰਾਮ 'ਤੇ ਚੈੱਕ ਕਰੋ, ਵਟਸਐਪ 'ਤੇ ਮੈਸੇਜ ਕਰਕੇ ਆਰਡਰ ਪਲੇਸ ਕਰੋ। ਅਗਰ ਤੁਸੀਂ ਸਟਿਚ ਵਗੈਰਾ ਵੀ ਕਰਵਾਉਣਾ ਚਾਹੁੰਦੇ ਹੋ, ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈ, ਉਹ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ। ਇਸ ਤੋਂ ਨੈਕਸਟ ਆਪਾਂ ਚੱਲਦੇ ਹਾਂ ਜੀ ਆਪਣੇ ਸੂਟ ਵੱਲ, ਜੋ ਕਿ ਆਪਣੀ ਹਰੇਕ ਵੀਡੀਓ ਦੇ ਵਿੱਚ ਆਲਮੋਸਟ ਕਸਟਮਰ ਨੇ ਆਰਡਰ ਹੀ ਕੀਤੇ ਹੁੰਦੇ ਆ। ਇਹ ਸੂਟਸ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈ। ਮਸਲੀਨ ਕਾਟਨ ਦਾ ਸੂਟ ਹੈ, ਵਿਦਆਊਟ ਲਾਈਨਿੰਗ ਸਟਿਚ ਹੋਇਆ, ਪ੍ਰਾਈਜ਼ ਰਹੇਗਾ ਇਹਦਾ 900। ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ। ਸੂਟ ਦਾ ਜਿਹੜਾ ਪ੍ਰਿੰਟ ਬਹੁਤ ਪਿਆਰਾ, ਇਹਦੇ ਵਿੱਚ ਜਿੰਨੇ ਵੀ ਮਸਲੀਨ ਕਾਟਨ ਦੇ ਵਿੱਚ ਆਪਣੇ ਕੋਲ ਪ੍ਰਿੰਟ ਆਉਂਦੇ ਨੇ ਨਾ, ਆਲਮੋਸਟ ਉਹ ਸਾਰੇ ਹੀ ਬਹੁਤ ਵਧੀਆ ਨੇ। ਇਹ ਤੁਸੀਂ ਸੂਟ ਦੇਖ ਸਕਦੇ ਹੋ ਜੀ, ਬਹੁਤ ਸੋਹਣਾ ਇਹਦਾ ਲਾਈਟ ਅਤੇ ਡਾਰਕ ਜੀ ਜਿਹੜਾ ਇਹਦਾ ਕਲਰ ਕੰਬੀਨੇਸ਼ਨ ਆ ਰਿਹਾ ਹੈ, ਅਤੇ ਇਹ ਪ੍ਰਿੰਟ ਹੈ ਇਹਦੇ ਵਿੱਚ,
ਇਹ ਦੇਖੋ ਤੁਸੀਂ ਨੈਕ ਤੇ ਇਹਦੇ ਇੱਦਾਂ ਹੀ ਨੈਕ ਪੱਟੀ ਲੱਗ ਕੇ ਬਟਨ ਲੱਗੀ ਹੋਏਗੀ। ਆਪਾਂ ਵੀ ਸੇਮ ਇਹਦੀ ਪਾਈਪਿੰਗ ਲਗਾ ਕੇ ਇਹਨੂੰ ਹਾਈਲਾਈਟ ਕੀਤਾ। ਬੋਟਮ ਇਹਦੇ ਵਿੱਚ ਆਪਾਂ ਸਲਵਾਰ ਰੈਡੀ ਕੀਤੀ ਹੋਈ ਹੈ। ਦੁਪੱਟਾ ਇਹਦੇ ਵਿੱਚ ਹਾਫ ਪਿਓਰ ਦਾ ਆਏਗਾ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ। ਕਲਰ ਡਿਜ਼ਾਇਨ ਹਰ ਵਾਰੀ ਨਿਊ ਸਟੋਕ ਆਉਂਦਾ ਆ, ਤੁਸੀਂ ਇਹਦੇ 'ਚ ਦੇਖੋ ਆਪਣੇ ਕੋਲ 10 ਤੋਂ 15 ਸਟੋਕ ਇਹਦੇ ਵਿੱਚ ਰੈਡੀ ਹੁੰਦਾ ਹੀ ਹੈ। ਅਲੱਗ ਅਲੱਗ ਤੁਹਾਨੂੰ ਡਾਰਕ ਲਾਈਟ ਸ਼ੇਡ ਸਾਰੀਆਂ ਮਿਲ ਜਾਣਗੀਆਂ, ਕੋਈ ਵੀ ਤੁਸੀਂ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋ। ਇਸ ਤੋਂ ਬਿਨਾਂ ਆਪਣੇ ਕੋਲ ਕਸਟਮਾਈਜੇਸ਼ਨ ਵਗੈਰਾ ਸਾਰਾ ਕੁਝ ਹੁੰਦਾ, ਤੁਸੀਂ ਉਹ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਵੀਡੀਓਜ਼ ਨੂੰ ਦੇਖਦੇ ਰਹੋ, ਸ਼ੇਅਰ ਕਰਦੇ ਰਹੋ। ਥੈਂਕ ਯੂ ਸੋ ਮੱਚ।